ਇੱਕ ਦੇਖੀ ਫਤਿਹ ਅੱਜ ਤੁਹਾਡੇ ਸਾਹਮਣੇ ਆਏ ਸੀ, ਬਟਾ ਵਾਲੀ ਵੀਡੀਓ ਲੈ ਕੇ ਆਏ ਹਾਂ ਜਿਸ ਦੀ ਲੈਂਥ 7.5 ਮੀਟਰ ਹੈ। ਕੱਪੜਾ ਫੁੱਲ ਵੈਲ ਪਹਿਲਾਂ ਲੜ ਸਿਰ ਦੇ ਸੈਂਟਰ ਲਿਆ ਕੇ ਬੜਾ ਨੂੰ ਇਕੱਠੇ ਕਰਕੇ ਅੱਧੀ ਅੱਖ 'ਤੇ ਅੱਧੀ ਕੱਲ੍ਹ ਢੱਕ ਕੇ ਆਪਣੇ ਲੜ ਨੂੰ ਲਗਾ ਦੇਣਾ ਹੈ। ਅੰਗੂਠੇ 'ਤੇ ਉਂਗਲੀ ਦੀ ਮਦਦ ਨਾਲ ਬੜਾ ਨੂੰ ਇਕੱਠੇ ਕਰਕੇ ਚੰਗੀ ਤਰ੍ਹਾਂ ਬੜਾ ਨੂੰ ਆਪਾਂ ਨੇ ਇਕੱਠੇ ਕਰ ਲੈਣਾ ਹੈ ਅੰਗੂਠੇ 'ਤੇ ਉਂਗਲੀ ਦੀ ਮਦਦ ਨਾਲ। ਲੜ ਨੂੰ ਦੱਬ ਕੇ ਆਪਾਂ ਨੇ ਅੰਗੂਠੇ ਨਾਲ ਲੜ ਨੂੰ ਦੱਬ ਕੇ ਲਗਾ ਦੇਣਾ ਹੈ ਅੱਧੀ ਅੱਖ 'ਤੇ ਅੱਧੀ ਕੱਲ੍ਹ ਢੱਕ ਕੇ। ਆਪਾਂ ਨੇ ਚੰਗੀ ਤਰ੍ਹਾਂ ਲੜਾਂ ਨੂੰ ਕਰੋ ਬਾਅਦ ਦੀ ਮਦਦ ਨਾਲ ਸੈੱਟ ਕਰਕੇ ਸੈੱਟ ਕਰਨਾ ਹੈ। ਜਦੋਂ ਕਿ ਤੁਹਾਡਾ ਲਾੜਾ ਖਿਸਕ ਜਾਂਦਾ ਵਲ ਤਾਂ ਬਾਅਦ ਦੀ ਮਦਦ ਨਾਲ ਤੁਸੀਂ ਉਸਨੂੰ ਸੈੱਟ ਕਰਕੇ ਲਗਾਉਣਾ ਹੈ। ਅਤੇ ਅਗਲਾ ਲੜਾ ਚੰਗੀ ਤਰ੍ਹਾਂ ਪਿੱਛੇ ਤੱਕ ਉਸਨੂੰ ਸੈੱਟ ਕਰਕੇ ਲਗਾਉਣਾ ਹੈ। ਅਗਲਾ ਲੜ ਬੈਗ ਤੋਂ ਪਿੰਚ ਕਰਕੇ ਉੱਥੋਂ ਦੱਬ ਕੇ ਬੈਗ ਤੋਂ ਪਿੰਚ ਕਰ ਲੈਣਾ ਹੈ ਅਤੇ ਲੜ ਨੂੰ ਥੋੜ੍ਹਾ ਜਿਹਾ ਜਮੀ ਥੋੜ੍ਹਾ ਜਿਹਾ ਖੋਲ੍ਹ ਕੇ ਉੱਥੋਂ ਦੱਬ ਕੇ ਆਪਾਂ ਨੇ ਬੜਾ ਨੂੰ ਉੱਪਰਲੇ ਥੱਲੇ ਪੱਲੇ ਤੋਂ ਇਕੱਠੇ ਕਰਕੇ ਇਕੱਠੇ ਗੋਡੇ ਦੀ ਉਂਗਲੀ ਮਦਦ ਨਾਲ ਇਕੱਠੇ ਕਰਨਾ ਹੈ। ਅੰਗੂਠੇ ਦੀ ਉਂਗਲੀ ਦੀ ਮਦਦ ਨਾਲ ਇਕੱਠੇ ਕਰ ਲੈਣਾ ਹੈ ਦੋਨਾਂ ਪੱਲਿਆਂ 'ਚੋਂ। ਚੰਗੀ ਤਰ੍ਹਾਂ ਅੰਗੂਠੇ 'ਤੇ ਉਂਗਲੀ ਦੀ ਮਦਦ ਨਾਲ ਬੜਾ ਨੂੰ ਇਕੱਠੇ ਕਰ ਲੈਣਾ ਹੈ। ਜੇ ਉਹਨਾਂ ਨੂੰ ਨੋਕ ਕੋਲ ਪਿੰਚ ਕਰਕੇ ਆਪਣੇ ਲੜ ਨੂੰ ਲਗਾ ਦੇਣਾ ਹੈ ਜੋ ਕਿ ਆਪਣਾ ਲੜ ਉੱਤੋਂ ਹਿੱਲੇ ਨਾ। ਅਤੇ ਉਹਨਾਂ ਨੂੰ ਚੰਗੀ ਤਰ੍ਹਾਂ ਸੈੱਟ ਕਰਕੇ ਪਿੱਛੇ ਤੱਕ ਆਪਣੇ ਲੜ ਨੂੰ ਲਗਾ ਦੇਣਾ ਹੈ। ਫਿਰ ਬਾਅਦ ਦੀ ਮਦਦ ਨਾਲ ਆਪਾਂ ਉਹਨਾਂ ਦੀ ਸੈਟਿੰਗ ਕਰਾਂਗੇ। ਚੰਗੀ ਤਰ੍ਹਾਂ ਸੈੱਟ ਕਰ ਲੈਣਾ ਹੈ ਅਤੇ ਫਿਰ ਬਾਅਦ ਦੀ ਮਦਦ ਨਾਲ ਉਹਨਾਂ ਨੂੰ ਸੈੱਟ ਕਰ ਲੈਣਾ ਹੈ। ਤੁਸੀਂ ਬੜਾ ਨੂੰ ਸੰਘਣੇ ਕਰਨ ਲਈ ਆਪਣਾ ਪੱਗ ਪਹਿਨ ਅਤੇ ਸਿਲਾਈ ਦੀ ਮਦਦ ਵੀ ਲੈ ਸਕਦੇ ਹੋ। ਆਪਾਂ ਬਾਅਦ ਦੀ ਵਰਤੋਂ ਕਰੀਏ ਜਿਵੇਂ ਕਿ ਤੁਸੀਂ ਇਸ ਵੀਡੀਓ ਵਿੱਚ ਦੇਖ ਸਕਦੇ ਹੋ। ਆਪਾਂ ਨੇ ਫਿਰ ਆਪਣੀ ਨੋਕ ਜਿੱਥੋਂ ਕਿੱਥੋਂ ਤੋਂ ਲੜ ਢਿੱਲੇ ਹਨ ਤਾਂ ਅਸੀਂ ਉਸ ਅੰਗੂਠੇ ਦੀ ਮਦਦ ਨਾਲ ਨੋਕ ਤੋਂ ਦੱਬ ਕੇ ਬਾਜ ਦੀ ਮਦਦ ਨਾਲ ਸੈੱਟ ਕਰ ਲੈਣਾ ਹੈ, ਟਾਈਟ ਕਰ ਲੈਣੇ ਹਨ। ਅਤੇ ਅਗਲਾ ਲੜ ਉਸੇ ਤਾਂ ਫਿਰ ਉਸੇ ਤਰ੍ਹਾਂ ਬੈਗ ਤੋਂ ਪਿੰਚ ਕਰ ਲੈਣਾ ਹੈ ਅਤੇ ਪੂਰੀ ਤੋਂ ਖੁੱਲ੍ਹਦਾ ਪਾਸਾ ਥੱਲੇ ਬੰਦ ਪਾਸਾ ਉੱਤੇ ਉੱਤੋਂ ਦੱਬ ਕੇ ਆਪਾਂ ਨੇ ਜਿਹੜੇ ਸਾਡੇ ਬਲ ਪਾ ਰਹੇ ਹੋਣਗੇ ਉਹਨਾਂ ਨੂੰ ਅੰਗੂਠੇ ਦੀ ਥੱਲੇ ਅਤੇ ਥੱਲੇ ਪੱਲੇ ਅੰਗੂਠੇ ਦੀ ਮਦਦ ਨਾਲ ਆਪਾਂ ਨੇ ਬਲਾਂ ਨੂੰ ਇਕੱਠੇ ਕਰਕੇ ਬੜਾ ਨੂੰ ਇਕੱਠੇ ਕਰ ਲੈਣਾ ਹੈ। ਚੰਗੀ ਤਰ੍ਹਾਂ ਬੜਾ ਨੂੰ ਉੱਠੇ ਅਤੇ ਉਂਗਲੀ ਦੀ ਮਦਦ ਨਾਲ ਉੱਤੋਂ ਆਪਾਂ ਨੇ ਥੱਲੇ ਦੇ ਥੱਲੇ ਪੱਲੇ 'ਚ ਵਿੱਚੋਂ ਇਕੱਠੇ ਕਰ ਲੈਣਾ ਹੈ ਜੋ ਕਿ ਆਪਣੇ ਬਲ ਵੱਧ ਹੋਣ ਅਤੇ ਦੇਖਣ ਵਿੱਚ ਵੀ ਪੱਗ ਸੋਹਣੀ ਲੱਗੇ। ਸਾਡੀਆਂ ਹੋਰ ਅਸੀਂ ਜੀ ਵੀਡੀਓ ਦੇਖਣ ਲਈ ਸਾਡੇ ਯੂਟਿਊਬ ਚੈਨਲ ਅਤੇ ਫੇਸਬੁੱਕ ਪੇਜ ਨੂੰ ਜ਼ਰੂਰ ਫੋਲੋ ਕਰੋ ਅਤੇ ਬੈੱਲ ਆਈਕਨ ਨੂੰ ਪ੍ਰੈਸ ਕਰੋ। ਜੇ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਤੁਸੀਂ ਸੁਪਰ ਥੈਂਕਸ ਅਤੇ ਸਟਾਰ ਵੀ ਭੇਜ ਸਕਦੇ ਹੋ। ਲੜਾਂ ਨੂੰ ਉਂਗਲੀਆਂ ਦੇ ਅੰਗੂਠੇ ਅਤੇ ਉਂਗਲੀਆਂ ਦੀ ਮਦਦ ਨਾਲ ਇਕੱਠੇ ਕਰ ਲੈਣਾ ਹੈ ਅਤੇ ਉਸ ਤੋਂ ਬਾਅਦ ਲੜ ਨੂੰ ਪਿੱਛੇ ਤੱਕ ਗੰਬਲਾਂ ਨੂੰ ਸੈੱਟ ਕਰਕੇ ਆਪਣੇ ਲਗਾ ਦੇਣਾ ਹੈ।
ਆਪਾਂ ਬਾਅਦ ਦੀ ਮਦਦ ਨਾਲ ਆਪਣੇ ਬਲਾਂ ਨੂੰ ਸੈੱਟ ਕਰਾਂਗੇ। ਬਾਅਦ ਦੀ ਮਦਦ ਨਾਲ ਆਪਣੇ ਬਲਾਂ ਨੂੰ ਸੈੱਟ ਕਰ ਲੈਣਾ ਹੈ। ਦੁੱਗ ਤੋਂ ਬਲਾਂ ਆਪਣੇ ਸੈੱਟ ਨਹੀਂ ਹੈ ਤਾਂ ਬਾਅਦ ਦੀ ਮਦਦ ਨਾਲ ਉਹਨਾਂ ਨੂੰ ਸੈੱਟ ਕਰ ਲੈਣਾ ਹੈ। ਅਤੇ ਫਿਰ ਆਪਾਂ ਜਿੱਥੋਂ ਕਿਤੋਂ ਤੁਹਾਡੇ ਬਾਹਰ ਅੰਦਰ ਨੂੰ ਚਲੇ ਜਾਂਦੇ ਹਨ ਤਾਂ ਅੰਗੂਠੇ ਦੀ ਉਂਗਲੀ ਦੀ ਮਦਦ ਨਹੁੰ ਦੀ ਮਦਦ ਨਾਲ ਤੁਸੀਂ ਅੰਗੂਠੇ ਦੀ ਉਂਗਲੀ ਦੀ ਮਦਦ ਨਾਲ ਤੁਸੀਂ ਉਹਨਾਂ ਨੂੰ ਬਾਹਰ ਨੂੰ ਖਿੱਚ ਕੇ ਸੈੱਟ ਕਰ ਸਕਦੇ ਹੋ। ਜੇ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਹੈ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ, ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ। ਅਤੇ ਫਿਰ ਬਾਅਦ ਦੀ ਮਦਦ ਨਾਲ ਆਪਾਂ ਸਾਰੇ ਬਾਲਾਂ ਨੂੰ ਸੈੱਟ ਕਰਾਂਗੇ। ਜਿੱਥੋਂ ਕਿਤੋਂ ਆਪਣੇ ਬਾਲ ਢਿੱਲੇ ਹਨ ਤਾਂ ਬਾਅਦ ਦੀ ਮਦਦ ਨਾਲ ਆਪਾਂ ਉਹਨਾਂ ਨੂੰ ਖਿੱਚ ਕੇ ਟਾਈਟ ਕਰਾਂਗੇ ਬਾਅਦ ਦੀ ਮਦਦ ਨਾਲ। ਫਿਰ ਆਪਾਂ ਬਾਅਦ ਦੀ ਮਦਦ ਨਾਲ ਉਹਨਾਂ ਲੜਾਂ ਦੀ ਆਪਾਂ ਸੈਟਿੰਗ ਕਰਾਂਗੇ। ਜਦੋਂ ਕਿਤੋਂ ਆਪਣੇ ਲੜਾਂ ਨੂੰ ਦੇਖਣਗੇ ਉਹਨਾਂ ਨੂੰ ਸੰਘਣੇ ਕਰਨ ਲਈ ਬਾਲਾਂ ਵਿੱਚ ਵਾਜ ਫੇਰਾਂਗੇ, ਜੋ ਕਿ ਲੜਾਂ ਆਪਣੇ ਬਾਲ ਦੇਖਣ ਵਿੱਚ ਵੀ ਵਧੀਆ ਲੱਗਣ। ਫਿਰ ਆਪਾਂ ਆਪਣੀ ਪੱਗ ਦੀ ਸੈਟਿੰਗ ਕਰਾਂਗੇ। ਫਿਰ ਆਪਾਂ ਆਪਣੀ ਪੱਗ ਦੀ ਉਹ ਸੈੱਟ ਕਰਾਂਗੇ, ਪੱਗ ਨੂੰ ਉੱਥੋਂ ਸੈੱਟ ਕਰਾਂਗੇ, ਉੱਥੋਂ ਸੈੱਟ ਕਰਾਂਗੇ ਅਤੇ ਆਪਾਂ ਨੋਕ ਸੈੱਟ ਕਰਾਂਗੇ। ਅਤੇ ਅਗਲਾ ਲੜਾ ਫਿਰ ਉਸੇ ਤਰ੍ਹਾਂ ਬੈਕ ਤੋਂ ਪਿੰਚ ਕਰਕੇ ਉੱਥੋਂ ਦੱਬ ਬੈਕ ਤੋਂ ਪਿੰਚ ਕਰ ਲੈਣਾ ਹੈ ਅਤੇ ਆਪਾਂ ਉੱਥੋਂ ਦੱਬ ਕੇ ਪੂਣੀ ਦਾ ਖੁੱਲ੍ਹਦਾ ਪਾਸਾ ਥੱਲੇ ਰੱਖ ਕੇ ਬੰਦ ਪਾਸਾ ਉੱਤੇ ਲੜ ਨੂੰ, ਜੇ ਤੁਸੀਂ ਲੜ ਨੂੰ ਖੋਲ੍ਹਣਾ ਚਾਹੁੰਦੇ ਹੋ ਤਾਂ ਤੁਸੀਂ ਆਪਾਂ ਲੜ ਨੂੰ ਥੋੜ੍ਹਾ ਜਿਹਾ ਕੰਨ ਤੱਕ ਖੋਲ੍ਹ ਲੈਣਾ ਹੈ, ਜੋ ਕਿ ਆਪਾਂ ਨੂੰ ਬੜਾ ਬਾਹਰ ਪਾਉਣ ਵਿੱਚ ਆਸਾਨੀ ਆਵੇ। ਅੰਗੂਠੇ ਅਤੇ ਉਂਗਲੀ ਦੀ ਮਦਦ ਨਾਲ ਆਪਾਂ ਨੇ ਬੜਾ ਨੂੰ ਇਕੱਠੇ ਕਰ ਲੈਣਾ ਹੈ। ਦੋਨਾਂ ਬੱਲਿਆਂ ਵਿੱਚੋਂ ਆਪਾਂ ਨੇ ਬਲਾਂ ਨੂੰ ਇਕੱਠੇ ਕਰ ਲੈਣਾ ਹੈ, ਜੋ ਕਿ ਆਪਣੇ ਬਲ ਪੱਥ ਅਤੇ ਸੋਹਣੇ ਚੰਗਣੇ ਅਤੇ ਸੋਹਣੇ ਲੱਗਣ। ਕਈ ਵੀਰਾਂ ਦੀ ਡਿਮਾਂਡ 'ਤੇ ਅੱਜ ਅਸੀਂ ਇਹ ਪੱਗ ਦੀ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ। ਲੜ ਨੂੰ ਚੰਗੀ ਤਰ੍ਹਾਂ ਉੱਤੋਂ ਉੱਤੇ ਥੱਲੋਂ ਸੈੱਟ ਕਰਕੇ ਉੱਤੋਂ ਲੱਭ ਕੇ ਘੁਣ ਲੱਭ ਕੇ ਆਪਣੇ ਬਲਾਂ ਨੂੰ ਸੈੱਟ ਕਰਕੇ ਚੰਗੀ ਤਰ੍ਹਾਂ ਸੈੱਟ ਕਰਕੇ ਆਪਣੇ ਲੜ ਨੂੰ ਲਗਾ ਦੇਣਾ ਹੈ। ਚੰਗੀ ਤਰ੍ਹਾਂ ਸੈੱਟ ਕਰਕੇ ਲਗਾਉਣਾ ਹੈ। ਅਤੇ ਫਿਰ ਬਾਅਦ ਦੀ ਮਦਦ ਨਾਲ ਆਪਣੇ ਬਲਾਂ ਦੀ ਸੈਟਿੰਗ ਕਰਾਂਗੇ। ਜਿੱਥੋਂ ਕਿਤੋਂ ਆਪਣੇ ਬਲ ਢਿੱਲੇ ਹਨ ਤਾਂ ਬਾਅਦ ਦੀ ਮਦਦ ਨਾਲ ਉਹਨਾਂ ਨੂੰ ਟਾਈਟ ਕਰਾਂਗੇ। ਸਾਡੇ ਯੂਟਿਊਬ ਚੈਨਲ ਨੂੰ ਹੋਰ ਨਵੀਂ ਵੀਡੀਓ ਦੇਖਣ ਲਈ ਜ਼ਰੂਰ ਸਬਸਕ੍ਰਾਈਬ ਕਰਨਾ ਅਤੇ ਬੈਲ ਆਈਕਨ ਨੂੰ ਵੀ ਪ੍ਰੈਸ ਕਰਨਾ। ਆਪਾਂ ਆਪਣੀ ਨੋਕ ਸੈੱਟ ਕਰਾਂਗੇ ਅਤੇ ਉੱਤੋਂ ਲੜਾਂ ਸੈੱਟ ਕਰਾਂਗੇ। ਫਿਰ ਆਪਾਂ ਆਪਣੀ ਪੱਗ ਦੀ ਸ਼ੇਪ ਸੈੱਟ ਕਰਾਂਗੇ। ਫਿਰ ਅਗਲਾ ਲੜ ਫਿਰ ਉਸ ਤਰ੍ਹਾਂ ਬੈਕ ਤੋਂ ਪਿੰਚ ਕਰ ਲੈਣਾ ਹੈ, ਉੱਤੋਂ ਦੱਬ ਕੇ ਭੂਮੀ ਦਾ ਖੁੱਲ੍ਹਦਾ ਪਾਸਾ ਥੱਲੇ ਅਤੇ ਬੰਦ ਪਾਸਾ ਉੱਤੇ ਲੜ ਨੂੰ ਆਪਾਂ ਨੇ ਕੰਨ ਤੋਂ ਥੱਲੇ ਤੱਕ ਖੋਲ੍ਹ ਲੈਣਾ ਹੈ। ਉੱਥਲੇ ਦੇ ਥੱਲੇ ਲੜ ਵਿੱਚ ਆਪਣੇ ਉੱਪਰਲੇ ਦੇ ਥੱਲੇ ਲੜਾਂ ਨੂੰ ਇਕੱਠੇ ਕਰਕੇ
ਕਰ ਲੈਣਾ ਹੈ ਗੁੱਗੇ ਦੀ ਉਂਗਲੀ ਦੀ ਮਦਦ ਨਾਲ। ਚੰਗੀ ਤਰ੍ਹਾਂ ਉਹਨਾਂ ਨੂੰ ਗੁੱਗੇ ਦੀ ਉਂਗਲੀ ਦੀ ਮਦਦ ਨਾਲ ਇਕੱਠੇ ਕਰਕੇ ਆਪਣੇ ਲੜ ਨੂੰ ਲਗਾਉਣਾ ਹੈ। ਚੰਗੀ ਤਰ੍ਹਾਂ ਇਕੱਠੇ ਕਰਨੇ ਹਨ ਜੋ ਕਿ ਆਪਣੀ ਪੱਗ ਬਲ ਦੇਖਣ ਨੂੰ ਸੋਹਣੇ ਲੱਗਣਾ ਅਤੇ ਪੱਗ ਵੀ ਸੋਹਣੀ ਲੱਗੇ। ਉੱਤੋਂ ਦੱਬ ਕੇ ਆਪਣੇ ਲੜ ਨੂੰ ਪਿੱਛੇ ਤੱਕ ਖੋਲ ਕੇ ਲਗਾ ਦੇਣਾ ਹੈ। ਆਪਣੀ ਪੱਗ ਦੀ ਸੈਟਿੰਗ ਕਰਨੀ ਉੱਤੋਂ ਸੈੱਟ ਕਰਨੇ ਹੈ ਅਤੇ ਫਿਰ ਆਪਾਂ ਬਲਾਂ ਨੂੰ ਸੈੱਟ ਕਰਾਂਗੇ। ਬਲਾਂ ਵਿੱਚ ਆਪਾਂ ਬਾਲ ਫਿਰ ਕੇ ਉਹਨਾਂ ਨੂੰ ਸੈੱਟ ਕਰਾਂਗੇ। ਜਿੱਥੋਂ ਕਿਤੋਂ ਆਪਣੇ ਲੜ ਬਾਲ ਢਿੱਲੇ ਹਨ ਤਾਂ ਉਹਨਾਂ ਨੂੰ ਆਪਾਂ ਬਾਜ ਦੀ ਮਦਦ ਨਾਲ ਟੈਡ ਕਰਾਂਗੇ। ਤੁਸੀਂ ਪੱਗ ਬੰਨੀ ਹੋਈ ਸਿਲਾਈ ਦੀ ਵਰਤੋਂ ਵੀ ਕਰ ਸਕਦੇ ਹੋ। ਜਿਵੇਂ ਕਿ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਆਪਾਂ ਬਾਜ ਦੀ ਮਦਦ ਨਾਲ ਆਪਣੇ ਲੜਾਂ ਨੂੰ ਸੈੱਟ ਕਰਿਆ ਹੈ ਬਲਾਂ ਨੂੰ। ਜੇ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰੋ। ਚਲ ਅਗਲਾ ਲੜ ਫਿਰ ਉਸ ਤਰ੍ਹਾਂ ਅਗਲਾ ਲੜ ਆਪਣੇ ਅਗਲਾ ਲੜ ਫਿਰ ਉਸ ਤਰ੍ਹਾਂ ਬੈਕ ਤੋਂ ਪਿੰਚ ਕਰਕੇ ਉੱਤੋਂ ਆਪਣੇ ਪੁਲੀ ਦਾ ਖੁੱਲ੍ਹਾ ਪਾਸਾ ਥੱਲੇ ਬੰਦ ਪਾਸਾ ਉੱਤੇ ਉੱਤੋਂ ਦੱਬ ਕੇ ਇਸ ਲੜ ਵਿੱਚ ਆਪਾਂ ਨੇ ਇੱਕ ਜਾਂ ਦੋ ਬਲ ਪਾ ਕੇ ਆਪਾਂ ਨੇ ਲੜ ਨੂੰ ਸਾਫ਼ ਕਰਕੇ ਲਗਾ ਦੇਣਾ ਹੈ। ਲੜ ਨੂੰ ਆਪਾਂ ਚੰਗੀ ਤਰ੍ਹਾਂ ਸੈੱਟ ਕਰਕੇ ਲਗਾ ਦੇਣਾ ਹੈ। ਫਿਰ ਆਪਾਂ ਆਪਣੇ ਲੜਾਂ ਦੀ ਸੈਟਿੰਗ ਕਰਾਂਗੇ ਬਲਾਂ ਦੀ। ਤੁਹਾਡੇ ਪੇਜ ਢਿੱਲੇ ਹਨ ਤਾਂ ਬਾਅਦ ਉਹਨਾਂ ਨੂੰ ਸੈੱਟ ਕਰਾਂਗੇ। ਫਿਰ ਉਤਲੇ ਲੜ ਸੈੱਟ ਕਰਾਂਗੇ। ਫਿਰ ਆਪਾਂ ਜੇਕਰ ਤੁਹਾਡੇ ਥੱਲੜੇ ਲੜ ਧੀਰੇ ਦਿਖ ਰਹੇ ਹਨ ਤਾਂ ਬਾਅਦ ਦੀ ਮਦਦ ਨਾਲ ਉਹਨਾਂ ਨੂੰ ਆਪਾਂ ਸੈੱਟ ਕਰਾਂਗੇ। ਚੰਗੀ ਤਰ੍ਹਾਂ ਉਹਨਾਂ ਨੂੰ ਸੈੱਟ ਕਰ ਲੈਣਾ ਹੈ ਜੋ ਕਿ ਆਪਣੀ ਪੱਗ ਸੋਹਣੀ ਲੱਗੇ ਅਤੇ ਵਧੀਆ ਦੇਖਣ ਨੂੰ ਵੀ ਵਧੀਆ ਲੱਗੇ। ਅਤੇ ਆਪਾਂ ਨੱਕ ਦੀ ਸਿਹਤ ਵਿੱਚ ਪੱਗ ਪਹਿਨ ਨੂੰ ਲਗਾ ਲੈਣਾ ਹੈ। ਨੱਕ ਦੀ ਸਿਹਤ ਪੱਗ ਪਹਿਨ ਨੂੰ ਲਗਾ ਕੇ ਆਪਾਂ ਨੇ ਕਲਗੀ ਲੜ ਉੱਤੋਂ ਅਤੇ ਥੱਲੋਂ ਫੋਲਡ ਕਰ ਲੈਣਾ ਹੈ। ਉੱਤੋਂ ਅਤੇ ਥੱਲੋਂ ਫੋਲਡ ਕਰਕੇ ਆਪਣੇ ਲੜ ਨੂੰ ਪੂਰਾ ਸਾਫ਼ ਕਰਕੇ ਉੱਤੋਂ ਅਤੇ ਸਾਫ਼ ਕਰਕੇ ਲਗਾ ਦੇਣਾ ਹੈ। ਆਪਾਂ ਨੇ ਉਸਨੂੰ ਪੱਗ ਪਹਿਨਦੇ ਥੱਲੇ ਲਿਜਾ ਕੇ ਲੜ ਨੂੰ ਘੁਮਾ ਦੇਣਾ ਹੈ। ਘੁਮਾ ਕੇ ਲੜ ਨੂੰ ਲਗਾ ਦੇਣਾ ਹੈ। ਤੁਸੀਂ ਇਸ ਲੜ ਨੂੰ ਸਿੱਧਾ ਵੀ ਲਗਾ ਸਕਦੇ ਹੋ। ਸਿੱਧਾ ਲੜ ਲਗਾਉਣਾ ਵੀ ਤੁਹਾਨੂੰ ਦੱਸਾਂਗੇ ਇਸ ਤੋਂ ਬਾਅਦ। ਇਸ ਵੀਡੀਓ ਵਿੱਚ ਤੁਹਾਨੂੰ ਅਸੀਂ ਦੋ ਤਰ੍ਹਾਂ ਦੇ ਲੜ ਲਗਾਉਣੇ ਦੱਸਾਂਗੇ, ਕਲਗੀ
ਜਿਹੜਾ ਤੇ ਸਿੱਧਾ ਲੜਦਾ। ਕਲਗੀ ਲੜਨ ਲਗਾਉਣ ਤੋਂ ਬਾਅਦ ਉਹਨਾਂ ਚੀਜ਼ਾਂ ਨੂੰ ਸਿੱਧਾ ਲੜਨ ਲਗਾਉਣਾ ਦੱਸਾਂਗੇ। ਇਸ ਤੋਂ ਬਾਅਦ ਵਾਲਾਂ ਦੀ ਸੈਟਿੰਗ ਕਰ ਲੈਣੀ ਹੈ। ਉਸ ਤੋਂ ਬਾਅਦ ਪੱਗ ਬਹਿਨ ਨੂੰ ਕੱਢ ਕੱਢ ਕੇ ਸਾਈਡ 'ਤੇ ਰੱਖ ਦੇਣਾ ਅਤੇ ਲੜ ਨੂੰ ਲਾ ਕੇ ਉਸ ਵਿੱਚ ਉਸਨੂੰ ਉੱਤੋਂ ਦੇ ਥੱਲੋਂ ਚੰਗੀ ਤਰ੍ਹਾਂ ਫੋਲਡ ਕਰਕੇ ਲੜ ਨੂੰ ਪੂਰਾ ਖੋਲ੍ਹ ਕੇ ਉਸ ਵਿੱਚ ਆਪਾਂ ਨੇ ਗੁੱਠ ਚੌਂਕੜੀ ਮਦਦ ਨਾਲ ਥੋੜ੍ਹੇ ਜਿਹੇ ਵੱਟ ਪਾ ਕੇ ਥੋੜ੍ਹੇ ਜਿਹੇ ਵੱਲ ਪਾ ਕੇ ਆਪਾਂ ਨੇ ਲੜ ਨੂੰ ਲਗਾ ਦੇਣਾ ਹੈ। ਅਤੇ ਸਿਰ ਢੱਕਾਂ ਫਿਰ ਆਪਾਂ ਸਿਰ ਢੱਕਾਂਗੇ। ਸਿਰ ਦੋਨੋਂ ਪੱਲਿਆਂ ਨੂੰ ਬਰਾਬਰ ਰੱਖ ਕੇ ਅਤੇ ਆਪਾਂ ਨੇ ਪੂਰਾ ਸਿਰ ਚੰਗੀ ਤਰ੍ਹਾਂ ਢੱਕ ਲੈਣਾ ਹੈ। ਦੋਨੇ ਹੱਥਾਂ ਦੀ ਮਦਦ ਨਾਲ ਪੂਰਾ ਖੋਲ੍ਹ ਕੇ ਇੱਕ ਵਾਰ ਖਿੱਚ ਲੈਣਾ ਹੈ। ਫਿਰ ਆਪਾਂ ਅੰਗੂਠੇ ਅਤੇ ਉਂਗਲ ਦੀ ਮਦਦ ਨਾਲ ਸਿਰ ਨੂੰ ਚੰਗੀ ਤਰ੍ਹਾਂ ਢੱਕ ਲੈਣਾ ਹੈ। ਚੰਗੀ ਤਰ੍ਹਾਂ ਅੰਗੂਠੇ ਅਤੇ ਉਂਗਲ ਦੀ ਮਦਦ ਨਾਲ ਉਸਨੂੰ ਢੱਕਣਾ ਹੈ। ਜੇ ਤੁਹਾਨੂੰ ਸਾਡੀ ਅੱਜ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਦੇਖਣ ਲਈ ਚੈਨਲ ਸਬਸਕ੍ਰਾਈਬ ਕਰੋ, ਬੈਲ ਆਈਕਨ ਨੂੰ ਪ੍ਰੈਸ ਕਰੋ ਅਤੇ ਹੋਰ ਨਵੀਆਂ ਵੀਡੀਓ ਦੇਖਣ ਲਈ ਕਮੈਂਟ ਜ਼ਰੂਰ ਦੱਸਿਓ ਅਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।